ਵਾਰਡ ਨੰਬਰ 34 ਦੇ ਲੋਕਾਂ ਵੱਲੋਂ ਵਾਰਡ ਕਾਰਪੋਰੇਟਰ ਰੋਹਿਤ ਸਿਆਲ ਦੇ ਘਰ ਜਾ ਕੇ ਗਲੀਆਂ ਅਤੇ ਸੀਵਰੇਜ ਦੀਆਂ ਸਮੱਸਿਆ ਨੂੰ ਲੈ ਕੇ ਪਰੇਸ਼ਾਨੀਆਂ ਦੱਸੀਆਂ ਗਈਆਂ, ਜਿਸ ਦੇ ਤਹਿਤ ਵਾਰਡ ਕਾਰਪੋਰੇਟਰ ਰੋਹਿਤ ਸਿਆਲ ਨੇ ਨਿਗਮ ਦੇ ਸਹਾਇਕ ਨੂੰ ਮੰਗ ਪੱਤਰ ਦਿੱਤਾ। ਰੋਹਿਤ ਸਿਆਲ ਨੇ ਦੱਸਿਆ ਕਿ ਵਾਰਡ ਵਿੱਚ ਲਗਭਗ 7-8 ਗਲੀਆਂ ਦਾ ਬਹੁਤ ਬੁਰਾ ਹਾਲ ਹੈ। ਇੱਥੋਂ ਤੱਕ ਕਿ ਗਲੀਆਂ 'ਚ ਲੋਕਾਂ ਦਾ ਆਉਣਾ ਜਾਣਾ ਵੀ ਔਖਾ ਹੈ ਅਤੇ ਇਹਨਾਂ ਗਲੀਆਂ ਦੇ ਵਿੱਚ ਸੀਵਰ ਵੀ ਬਿਲਕੁਲ ਬੈਠ ਗਏ ਹਨ। ਇਸ ਦੇ ਨਾਲ ਲੋਕ ਬਹੁਤ ਪਰੇਸ਼ਾਨ ਹਨ। ਲੋਕ ਮੇਰੇ ਘਰ ਆ ਕੇ ਮੈਨੂੰ ਆਏ ਦਿਨ ਪਰੇਸ਼ਾਨੀਆਂ ਦੱਸਦੇ ਰਹਿੰਦੇ ਹਨ ਕਿਉਂਕਿ ਇਹਨਾਂ ਦੀਆਂ ਮੁਸ਼ਕਿਲਾਂ ਬਿਲਕੁਲ ਸਹੀ ਹੈ। ਪਠਾਨਕੋਟ ਤੋਂ ਸੋਨੂੰ ਗੁਪਤਾ ਦੀ ਰਿਪੋਰਟ, AMI ਨਿਊਜ਼ ਪੰਜਾਬ। ਅੱਜ ਅਸੀਂ ਮੇਰੇ ਨਾਲ ਮੇਰੀਆਂ ਭੈਣਾਂ ਵੀ ਆਈਆਂ, ਬਜ਼ੁਰਗ ਵੀ ਮੇਰੇ ਨਾਲ ਖੜ੍ਹੇ ਨੇ। ਇਹ ਸਾਰੇ ਅਸੀਂ ਵਾਰਡ ਨੰਬਰ 34 ਸੈਨਗੜ੍ਹ ਦੇ ਰਹਿਣ ਵਾਲੇ ਹਾਂ ਜੀ। ਮੈਂ ਉੱਥੋਂ ਦਾ ਮੌਜੂਦਾ ਕੌਂਸਲਰ ਹਾਂ ਔਰ ਅੱਜ ਅਸੀਂ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਮੈਮੋਰੈਂਡਮ ਦੇਣ ਵਾਸਤੇ ਆਏ ਸੀ, ਪਰ ਨਾ ਇੱਥੇ ਅੱਜ ਜੁਆਇੰਟ ਕਮਿਸ਼ਨਰ ਸਾਹਿਬ ਨੇ, SDO ਪੰਕਜ ਜੀ ਵੀ ਨਹੀਂ ਨੇ ਔਰ ਨਾ ਹੀ JE ਸਾਹਿਬ ਨਰੇਸ਼ ਜੀ ਵੀ ਇੱਥੇ ਨਹੀਂ ਹੈ ਔਰ ਜਿਹੜੇ ਥੱਲੇ ਕਲੈਰੀਕਲ ਸਟਾਫ 'ਚ ਜਿਹੜੇ ਅਵੇਲੇਬਲ ਸੀਗੇ ਨਗਰ ਨਿਗਮ ਤੋਂ ਕ੍ਰਿਸ਼ਨਾ ਜੀ, ਉਹਨਾਂ ਨੂੰ ਅਸੀਂ ਜੁਆਇੰਟ ਕਮਿਸ਼ਨਰ ਸਾਹਿਬ ਦੇ ਨਾਮ ਦਾ ਮੰਗ ਪੱਤਰ ਜਿਹੜਾ ਉਹ ਦਿੱਤਾ ਹੈ। ਕਾਰਨ ਇਹ ਹੈ ਕਿ ਜੀ ਇਹ ਸਾਰੇ ਲੋਕ ਉਹ ਨੇ ਜਿਨ੍ਹਾਂ ਦੀਆਂ ਗਲੀਆਂ ਬਣਨ ਵਾਲੀਆਂ ਬਿਲਕੁਲ ਟੁੱਟੀ ਦੀਆਂ ਔਰ ਉੱਥੇ ਆਉਣਾ ਜਾਣਾ ਬਿਲਕੁਲ ਮੁਸ਼ਕਿਲ ਹੈ। ਸੀਵਰੇਜ ਵੀ ਟੋਟਲ ਬਹਿ ਗਏ ਦਾ ਔਰ ਇਹ ਬਹੁਤ ਦਿਨਾਂ ਤੋਂ ਕਦੀ ਕਮੇਟੀ ਘਰ ਦੇ ਚੱਕਰ, ਕਦੀ ਮੇਰੇ ਦਫ਼ਤਰ ਦੇ ਚੱਕਰ ਲਾ ਰਹੇ ਸੀ ਅਤੇ ਅੱਜ ਸਾਨੂੰ ਨਹੀਂ ਸੀ ਪਤਾ ਕਿ ਬਈ ਮੀਟਿੰਗ ਹੈ ਔਰ ਸਾਰੇ 26 ਜਨਵਰੀ ਦੀ ਮੀਟਿੰਗ ਦੇ ਵਿੱਚ ਉੱਥੇ DC ਕੰਪਲੈਕਸ ਗਏ ਨੇ। ਸੋ ਇਹ ਮੰਗ ਪੱਤਰ ਆਪਣਾ ਕਲੈਰੀਕਲ ਸਟਾਫ ਨੂੰ ਦੇ ਦਿੱਤਾ ਔਰ ਮੈਂ ਬੇਨਤੀ ਵੀ ਕਰਾਂਗਾ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਔਰ ਨਗਰ ਨਿਗਮ ਦੇ SDO ਸਾਹਿਬ ਔਰ JE ਸਾਹਿਬ ਨੂੰ ਕਿ ਬਈ ਸਾਡੀਆਂ ਜਿਹੜੀਆਂ ਵਾਰਡ ਨੰਬਰ 34 ਦੀਆਂ ਜਿਹੜੀਆਂ ਇਹ ਗਲੀਆਂ ਮੈਂ ਲਿਖ ਕੇ ਦਿੱਤੀਆਂ, ਇਹ ਛੇਤੀ ਤੋਂ ਛੇਤੀ ਬਣਾਉਣ ਦੀ ਕਿਰਪਾਲਤਾ ਕੀਤੀ ਜਾਏ ਤਾਂ ਜੋ ਇਹ ਜਿਹੜੇ ਲੋਕ ਇੰਨੀ ਪਰੇਸ਼ਾਨੀ ਦੇ ਵਿੱਚ, ਸਕੂਟਰ ਚਲਾਉਣਾ ਵੀ ਉੱਥੋਂ ਔਖਾ ਹੈ, ਉਹ ਇਸ ਪਰੇਸ਼ਾਨੀ ਤੋਂ ਨਿਜਾਤ ਮਿਲ ਸਕੇ। ਔਰ ਬਸ ਇਹੋ ਹੀ ਬੇਨਤੀ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਾਂ ਔਰ ਇਨ ਕੇਸ ਜੇ ਇਸ ਕੰਮ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਇੰਪਲੀਮੈਂਟੇਸ਼ਨ ਨਹੀਂ ਹੁੰਦੀ ਤਾਂ ਸਾਨੂੰ ਮਜਬੂਰਨ ਧਰਨਾ ਪ੍ਰਦਰਸ਼ਨ ਵੀ ਕਰਨਾ ਪਏਗਾ। ਅਦਵਿਕਾ ਕੀ ਸਾਲ ਕੀ ਸਬਸੇ ਬੜੀ ਬੋਕਸਿੰਗ ਡੇ ਸੇਲ ਮੇ ਆਏ ਔਰ 70% ਤੱਕ ਡਿਸਕਾਊਂਟ ਪਾਏ। ਲੇਡੀ ਸੂਟਸ, ਲਹਿੰਗਾਸ, ਗਾਊਨਸ, ਸ਼ਾਲਸ, ਗਰਮ ਸੂਟ ਔਰ ਜੈਂਟਸ ਲੋਈਸ। ਐਡਰੈਸ: A3 ਪਟੇਲ ਚੌਂਕ, ਪਠਾਨਕੋਟ, ਗੁਰਦਾਸਪੁਰ, ਬਾਟਾ ਚੌਂਕ, ਸਾਹੂਵਾਲੀਆ ਕੰਪਲੈਕਸ, ਚਰਚ ਕੇ ਨਜ਼ਦੀਕ। ਕਹੀਂ ਸੁਣਾ ਹੈ ਰਿਟੇਲ ਕੀ ਦੁਕਾਨ ਪਰ ਹੋਲਸੇਲ ਕਾ ਦਾਮ? ਜੀ ਹਾਂ, ਨਵਿਆ ਲੇਕਰ ਆਇਆ ਹੈ ਡਿਜ਼ਾਈਨਰ ਸੂਟਸ, ਕੁਰਤੀਜ਼ ਔਰ ਫੈਬਰਿਕਸ। ਸਬਸੇ ਸਸਤਾ, ਸਬਸੇ ਅੱਛਾ, ਡਿਫੈਂਸ ਰੋਡ, ਮਮੂਲ, ਪਠਾਨਕੋਟ। ਕੰਟੈਕਟ 9614196141। ਦਿਆਲ ਗਜਾਧਾਰੀ ਜਵੈਲਰਸ ਜੋ ਹੈ ਪਿਛਲੇ 75 ਸਾਲੋਂ ਸੇ ਆਪ ਸਭੀ ਕਾ ਭਰੋਸਾ, ਆਪਕੀ ਖੁਸ਼ੀਓ ਕੇ ਸਾਥ। ਆਸ਼ਾ ਪੂਰਨੀ ਮੰਦਿਰ, ਪਠਾਨਕੋਟ ਸੇ, ਮਨਚੰਦਾ ਟਾਵਰ, ਡਲਹੌਜ਼ੀ ਰੋਡ। ਪ੍ਰਭ ਦਿਆਲ ਗਜਾਧਾਰੀ ਜਵੈਲਰਸ ਜੋ ਹੈ ਪਿਛਲੇ 75 ਸਾਲੋਂ ਸੇ ਆਪ ਸਭੀ ਕਾ ਭਰੋਸਾ, ਆਪਕੀ ਖੁਸ਼ੀਓ ਕੇ ਸਾਥ। ਆਸ਼ਾ ਪੂਰਨੀ ਮੰਦਿਰ, ਪਠਾਨਕੋਟ ਸੇ, ਮਨਚੰਦਾ ਟਾਵਰ, ਡਲਹੌਜ਼ੀ ਰੋਡ। ਪ੍ਰਭ ਦਿਆਲ ਗਜਾਧਾਰੀ ਜਵੈਲਰਸ ਜੋ ਹੈ ਪਿਛਲੇ 75 ਸਾਲੋਂ ਸੇ ਆਪ ਸਭੀ ਕਾ ਭਰੋਸਾ, ਆਪਕੀ ਖੁਸ਼ੀਓ ਕੇ ਸਾਥ। ਆਸ਼ਾ ਪੂਰਨੀ ਮੰਦਿਰ, ਪਠਾਨਕੋਟ ਸੇ, ਮਨਚੰਦਾ ਟਾਵਰ, ਡਲਹੌਜ਼ੀ ਰੋਡ।